ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਹੋਇਆ ਹਲਕਾ ਦਾਖਾ ਦੇ ਪਿੰਡ ਰੂਮੀ ਦੇ ਵਿੱਚ ਜਿੱਥੇ ਆਪਾਂ ਮੌਜੂਦਾ ਸਰਪੰਚ ਸਰਦਾਰ ਕੁਲਦੀਪ ਸਿੰਘ ਜੀ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਪਿੰਡ ਦੇ ਵਿਕਾਸ ਕੰਮਾਂ ਦੇ ਸਬੰਧ ਵਿੱਚ ਇਸ ਤੋਂ ਪਹਿਲਾਂ ਕਿ ਆਪਾਂ ਸਰਪੰਚ ਕੁਲਦੀਪ ਸਿੰਘ ਜੀ ਦੇ ਨਾਲ ਗੱਲਬਾਤ ਕਰੀਏ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਰਦਾਰ ਕੁਲਦੀਪ ਸਿੰਘ ਜੀ ਨੂੰ ਪਿੰਡ ਰੂਮੀ ਦੇ ਵਸਨੀਕਾਂ ਨੇ ਸਰਬਸੰਮਤੀ ਵਜੋਂ ਸਰਪੰਚ ਬਣਾਇਆ ਔਰ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਕੁਲਦੀਪ ਜੀ ਦੇ ਨਾਲ ਕਿ ਸਰਬਸੰਮਤੀ ਦੇ ਨਾਲ ਸਰਪੰਚ ਬਣ ਕੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਜਾਂ ਫਿਰ ਮੋਢਿਆਂ ਦਾ ਜਿਹੜਾ ਬੋਝ ਆ ਜ਼ਿੰਮੇਵਾਰੀਆਂ ਦਾ ਉਹ ਥੋੜਾ ਜਿਹਾ ਘਟ ਜਾਂਦਾ ਹੈ ਉਹ ਆਪਾਂ ਗੱਲਬਾਤ ਕਰੀਏ ਸਰਦਾਰ ਕੁਲਦੀਪ ਸਿੰਘ ਜੀ ਦੇ ਨਾਲ ਸਭ ਤੋਂ ਪਹਿਲਾਂ ਤਾਂ ਕੁਲਦੀਪ ਜੀ ਆਪਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਮੁੱਖ ਰੱਖਦੇ ਹੋਏ ਫਤਿਹ ਦੀ ਸਾਂਝ ਬੁਲਾ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਜੀ ਆਪਾਂ ਤੁਹਾਡੇ ਨਾਲ ਤੁਹਾਡੇ ਪਿੰਡ ਰੂਮੀ ਦੇ ਸਬੰਧ ਵਿੱਚ ਗੱਲਬਾਤ ਕਰੀ ਉਸ ਤੋਂ ਪਹਿਲਾਂ ਗੱਲਬਾਤ ਕਰਨਾ ਚਾਹਾਂਗੇ ਤੁਹਾਡੀ ਸਰਪੰਚੀ ਬਾਰੇ ਜਿਸ ਤਰ੍ਹਾਂ ਆਪਾਂ ਦਰਸ਼ਕਾਂ ਨੂੰ ਸ਼ੁਰੂ ਵਿੱਚ ਦੱਸਿਆ ਕਿ ਸਰਬਸੰਮਤੀ ਦੇ ਨਾਲ ਸਰਪੰਚ ਬਣ ਕੇ ਮੋਟਿਆਂ ਦਾ ਬੋਝ ਹੈ ਜਿਹੜਾ ਉਹ ਥੋੜਾ ਜਿਹਾ ਘਟ ਜਾਂਦਾ ਜਾਂ ਵਧ ਜਾਂਦਾ ਵਧ ਜਾਂਦਾ ਜੀ ਇਹ ਤਾਂ ਕਿਸ ਤਰ੍ਹਾਂ ਜਰਾ ਵਿਸਥਾਰ ਨਾਲ ਦੱਸ ਦਿਓ ਕਿਉਂਕਿ ਪਿੰਡ ਨੇ ਮੈਨੂੰ ਸਰਬਸੰਮਤੀ ਦੇ ਨਾਲ ਸਰਪੰਚ ਬਣਾਇਆ ਵਾ ਮੈਂ ਇਸ ਦੇ ਨਾਲ ਸਾਰੇ ਨਗਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਦੇ ਮੈਨੂੰ ਜਰੂਰ ਪਿੰਡ ਨੂੰ ਸੇਵਾ ਸੰਭਾਲ ਸੁਪੀ ਆ ਮੈਂ ਪੂਰੇ ਆਉਂਦੀ ਤਨਦੇਹੀ ਦੇ ਨਾਲ ਪਿੰਡ ਦੀ ਕਰ ਰਿਹਾ ਮਾਂ ਅੱਗੇ ਤੋਂ ਉਹੀ ਕਰਦਾ ਰਹੂਗਾ ਸਰਪੰਚ ਜੀ ਸੇਬ ਤੁਹਾਨੂੰ ਇੱਕ ਸਵਾਲ ਕੀਤਾ ਸੀ ਕਿ ਜਦੋਂ ਤੁਹਾਨੂੰ ਸਰਬਸੰਮਤੀ ਦੇ ਨਾਲ ਸਰਪੰਚ ਬਣਾਇਆ ਤਾਂ ਜਿਹੜਾ ਇਨਸਾਨ ਸਰਬਸੰਮਤੀ ਦੇ ਨਾਲ ਸਰਪੰਚ ਬਣਦਾ ਹੈ ਤਾਂ ਪਿੰਡ ਦੀ ਜ਼ਿੰਮੇਵਾਰੀਆਂ ਤਾਂ ਬਹੁਤ ਜਿਹੜਾ ਉਹਦੇ ਮੋਟਿਆਂ ਤੇ ਘਟ ਜਾਂਦਾ ਹੈ ਜਾਂ ਵਧ ਜਾਂਦਾ ਹੈ ਆਮ ਸਰਪੰਚਾਂ ਨਾਲੋਂ ਨਹੀਂ ਨਹੀਂ ਬਸ ਪਿੰਡ ਦਾ ਤਾਂ ਵੱਧ ਹੀ ਜਾਂਦਾ ਜੀ ਇਹ ਤਾਂ ਜਾਨੀ ਕਿ ਕਿਤਾਬ ਦਾ ਕਰਦਾ ਹੋਇਆ ਨੇ ਬਾਕੀ ਪਿੰਡ ਦਾ ਵੀ ਸਾਰੇ ਦਾ ਹੋ ਜਾਂਦਾ ਜੀ ਹਾਂਜੀ ਵੱਧ ਹੀ ਜਾਂਦਾ ਜੀ ਤੇ ਜਦੋਂ ਤੁਹਾਡੀ ਪਿੰਡ ਵਾਲਿਆਂ ਨੇ ਤੁਹਾਨੂੰ ਸਰਬਸੰਮਤੀ ਦੇ ਨਾਲ ਸਰਪੰਚ ਬਣਾਇਆ ਤਾਂ ਤੁਸੀਂ ਉਸ ਦਿਨ ਕਿਹੋ ਜਿਹਾ ਮਹਿਸੂਸ ਕਰ ਰਹੇ ਸੀ ਬਹੁਤ ਵਧੀਆ ਮਹਿਸੂਸ ਕਰ ਰਿਹਾ ਸੀਗਾ ਮਾਣ ਸੀਗਾ ਵੀ ਜਦੋਂ ਪਿੰਡਰ ਨੇ ਮੈਨੂੰ ਮਾਣ ਦਿੱਤਾ ਵਾ ਜੀ ਤੇ ਮੈਂ ਪਾਉ ਦੇ ਪਿੰਡ ਦਾ ਪਕੋਸ ਕਰਕੇ ਵੀ ਦਿਖਾਵਾਂਗਾ ਪਰ ਕੀਤਾ ਵੀ ਹੈ ਜੀ ਦੇਖਣ ਵਾਲੀ ਗੱਲ ਇਹ ਜਦੋਂ ਵੋਟਾਂ ਪੈਕੇ ਜਦੋਂ ਕੋਈ ਇਨਸਾਨ ਤੌਰ ਸਰਪੰਚ ਆਪਣੇ ਪਿੰਡ ਦੀ ਸੇਵਾ ਨਿਭਾਉਂਦਾ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਸੁਣਨ ਵਿੱਚ ਵੀ ਆਇਆ ਕਿ ਸਰਪੰਚ ਵੀ ਰਾਖਦੇ ਨੇ ਕਿ ਜਦੋਂ ਕੋਈ ਗੱਲ ਹੁੰਦੀ ਹੈ ਤਾਂ ਪਿੰਡ ਵਾਲੇ ਧੱਕੇ ਨਾਲ ਆ ਕੇ ਕਹਿੰਦੇ ਕਿ ਸਰਪੰਚ ਅਸੀਂ ਤੈਨੂੰ ਵੋਟਾਂ ਪਾ ਕੇ ਜਿਤਾਇਆ ਸਾਡਾ ਹੀ ਕੰਮ ਕਰਨਾ ਲਾਜ਼ਮੀ ਹੈ ਪਰ ਜਦੋਂ ਕੋਈ ਸਰਬਸੰਮਤੀ ਦਿਨ ਨਾਲ ਪਿੰਡ ਵਾਸੀ ਜਦੋਂ ਉਹਨੂੰ ਸਰਪੰਚ ਬਣਾ ਲਦੇ ਨੇ ਤਾਂ ਉਹ ਇੱਕ ਇਨਸਾਨ ਪਿੰਡ ਦਾ ਸਰਪੰਚ ਨਹੀਂ ਹੁੰਦਾ ਪੂਰਾ ਪਿੰਡ ਹੀ ਪਿੰਡ ਦਾ ਸਰਪੰਚ ਹੁੰਦਾ ਕਿਉਂਕਿ ਉਹਨਾਂ ਨੇ ਇੱਕ ਵਿਸ਼ਵਾਸ ਕੀਤਾ ਹੁੰਦਾ ਹੈ ਤੇ ਸਰਪੰਚ ਦੀ ਜ਼ਿੰਮੇਵਾਰੀ ਇਹ ਬਣ ਜਾਂਦੀ ਹੈ ਕਿ ਉਹ ਉਸ ਵਿਸ਼ਵਾਸ ਦੇ ਉੱਤੇ ਖਰੇ ਉਤਰਨ ਆਓ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਕੁਲਦੀਪ ਸਿੰਘ ਜੀ ਦੇ ਨਾਲ ਉਹਨਾਂ ਦੇ ਪਿੰਡ ਦੇ ਵਿਕਾਸ ਕੰਮਾਂ ਨੂੰ ਲੈ ਕੇ ਸਰਪੰਚ ਸਾਹਿਬ ਹੁਣ ਇਹ ਚਾਣਨਾ ਪਾਓ ਤੁਹਾਡੇ ਪਿੰਡ ਰੂਮੀ ਦੀਆਂ ਕੁੱਲ ਵੋਟਾਂ ਕਿੰਨੀਆਂ ਵੋਟਾਂ 242500 ਆ ਜੀ ਔਰ ਤੁਹਾਡੀ ਸਰਪੰਚੀ ਦੀਆਂ ਚੋਣਾਂ ਤੋਂ ਬਾਅਦ ਹਾਂ ਜੀ ਵੋਟਾਂ ਆਈਆਂ ਸੀ ਐਮਪੀ ਇਲੈਕਸ਼ਨ ਦੀਆਂ ਹੁਣ ਇਹ ਚਾਣਨਾ ਪਾਓ ਕਿ ਪਿੰਡ ਰੂਮੀ ਵਿੱਚੋਂ ਐਮਪੀ ਰਵਨੀਤ ਸਿੰਘ ਬਿੱਟੂ ਨੇ ਲੀਡ ਕੀਤੀ ਸੀ ਜਾਂ ਅਕਾਲੀ ਕੈਂਡੀਡੇਟ ਨੇ ਅਕਾਲੀ ਦਲ ਦੇ 40-45 ਕੇ ਵੋਟਾਂ ਹੁੰਦੀਆਂ ਨੇ ਆ ਇਸ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ ਐਮਪੀ ਵੋਟਾਂ ਤੋਂ ਬਾਅਦ ਜਿਮਨੀ ਚੋਣਾਂ ਆਈਆਂ ਸੀ ਐਮਐਲਏ ਦੀਆਂ ਤੇ ਉਹਦੇ ਵਿੱਚ ਕਿਹਨੇ ਲੀਡ ਕੀਤੀ ਸੀ ਉਹਦੇ ਵਿੱਚ ਵੀ ਥੋੜੇ ਦੇ ਪਾਪੜੀਆਂ ਸੀਗੇ ਅਕਾਲੀ ਦਲ ਦੀ ਵਧੀਆ ਜਾਨੀ ਕਿ ਤੋਂ ਬਣੇ ਕਿ ਪਹਿਲਾਂ ਤਾਂ ਸੀਗਾ ਐਮਪੀ ਸੋਰੀ ਐਮਪੀ ਐਮ ਓਕੇ ਮੈਂ ਉਹ ਹੈ ਨਹੀਂ ਸੀ ਕਿੱਥੇ ਉਹ ਮਤਲਬ ਉਦੋਂ ਸੀ ਕਿ ਤੁਹਾਨੂੰ ਕਿ 150 200 ਕੱਟੀ ਸੀਗੀ ਜਦੋਂ ਜਿਮਨੀ ਚੋਣ ਹੋਈ ਆ ਜਾਨੀ ਉਦੋਂ 40 50 ਲੀ ਗਈਆਂ ਅ ਜਿਮਨੀ ਚੋਨਵਲੇ 40 45 ਵੋਟਾਂ ਵੱਧ ਸੀਗੀਆਂ ਅਕਾਲੀਆਂ ਦੀਆਂ ਤੇ ਜੇਕਰ ਆਪਾਂ ਹੁਣ 2022 ਦੀ ਗੱਲ ਕਰੀਏ ਵੈਸੇ ਗੱਲ ਤਾਂ ਆਪਾਂ ਪਿੰਡ ਦੇ ਵਿਕਾਸ ਦੀ ਕਰਨੀ ਆ ਪਰ ਚਲੋ ਜਿੱਥੇ ਐਮਪੀ ਐਮਐਲਏ ਦੀ ਗੱਲ ਆ ਜਾਂਦੀ ਜਿਹੜਾ 2022 ਦੀ ਵੀ ਗੱਲ ਕਰ ਲਈਏ ਤੇ ਹੁਣ ਇਹ ਚਾਣਨਾ ਪਾਓ ਕਿ 2022 ਦੀਆਂ ਜਦੋਂ ਵੋਟਾਂ ਆਣੀਆਂ ਤਾਂ ਉਹਦੇ ਵਿੱਚ ਸਰਪੰਚ ਕੁਲਦੀਪ ਸਿੰਘ ਆਪਣੇ ਪਿੰਡ ਰੂਮੀ ਤੋਂ ਕਾਂਗਰਸ ਨੂੰ ਲੀਡ ਦਿਵਾਨਗੇ ਜਾਂ ਫਿਰ ਅਕਾਲੀਆਂ ਨੂੰ ਕਾ ਕਰਾਉ ਉਹਨੂੰ ਜੀ ਆਉਂ ਆਪਾਂ ਗੱਲਬਾਤ ਕਰਦੇ ਹਾਂ ਸਰਪੰਚ ਕੁਲਦੀਪ ਸਿੰਘ ਜੀ ਦੇ ਨਾਲ ਉਹਨਾਂ ਦੇ ਪਿੰਡ ਦੇ ਵਿਕਾਸ ਕੰਮਾਂ ਨੂੰ ਲੈ ਕੇ ਤੇ ਹੁਣ ਇਹ ਚਾਣਨਾ ਪਾਓ ਤੁਹਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਕਿੰਨੀ ਆ? 4-5 ਕਿੱਲੇ ਆ ਜੀ। ਔਰ ਉਸ ਤੋਂ ਆਮਦਨ? ਆਮਦਨ ਤਾਂ ਜੀ ਜੇ ਐਤਕੀ ਪਹਿਲੀ ਵਾਰੀ ਦਿੱਤੇ ਪਰੀਨੇਬਲਾਂਟ ਵਾਲਿਆਂ ਨੂੰ। ਜੀ। ਉਹ ਤਾਂ ਪੱਤਰਕਾਰਾਂ ਵਾਲੇ ਸੀਗੇ ਬੋਰਵਾਰ ਕਰਵਾਇਆ ਸੀਗਾ। ਜੀ। ਤੇ ਉਹਨਾਂ ਜਿੰਨਾ ਖਰਚਾ ਕੀਤਾ ਵਾ ਜੇ ਉਹਨਾਂ ਨੇ ਜੇ ਤਾਂ ਉਹਨਾਂ ਦਾ ਉਹੀ ਨਹੀਂ ਪੂਰਾ ਹੋਣਾ ਹਜੇਗਾ ਹਜੇ। ਜੀ। ਤੇ ਉਸ ਤੋਂ ਬਾਅਦ ਵਿੱਚ ਆਉਣ ਲੱਗ ਜੁਗੇ ਯਾਨੀ ਕਿ ਉਹਨਾਂ ਦਾ। ਨੀਆ ਤੁਸੀਂ ਕਿਹਾ ਵੀ ਖਰਚਾ ਪੂਰਾ ਹੀ ਨਹੀਂ ਹੋਇਆ ਸੀ ਪਰ ਫਿਰ ਵੀ ਪਿਛਲੇ 2 ਸਾਲਾਂ ਦੇ ਵਿੱਚ ਬੋਲੀ ਗਈ ਤਾਂ ਹੋਊਗੀ ਕਿੰਨੀ ਕੁ ਰਕਮ ਲਈ ਜੀ ਪਹਿਲੇ ਸਾਲ ਜਾਣਗੇ ਦੋ ਸਾਲਾਂ ਦੀ ਇਕੱਠੇ ਦਿੱਤੀ ਆ ਓਕੇ ਇਸ ਸਾਲ ਹੀ ਤੁਸੀਂ ਬੋਲੀ ਤੁਹਾਡੀ ਜਿਹੜੀ ਹੈਗੀ ਜ਼ਮੀਨ ਦੀ ਪਹਿਲੀ ਵਾਰੀ ਗਈ ਹੈ ਪੰਚਾਇਤ ਦੀ ਚਲੋ ਤੇ ਜਿਹੜੇ ਮੰਨ ਲਓ ਜੇ ਤੁਹਾਨੂੰ ਜਿਹੜੀ ਪੰਚਾਇਤੀ ਜ਼ਮੀਨ ਤੋਂ ਆਮਦਨ ਹੋਵੇਗੀ ਉਹ ਆਮਦਨ ਤੁਹਾਨੂੰ ਕਿੰਨੀ ਹੋ ਸਕਦੀ ਹੈ ਕਿੰਨਾ ਕੁ ਅੰਦਾਜ਼ਾ ਅੰਦਾਜ਼ਾ ਤਾਂ ਜੀ ਇਹ ਹੀ ਹੈ ਹੁਣ ਬੋਰਵਾਰ ਕਰਾਦੇ ਹੁਣ ਕਨੈਕਸ਼ਨ ਹੈ ਨਹੀਂ ਫਿਲਮ ਦੇ ਤੇ ਕੋਥੇ ਹੈ ਜੀ ਇਹ ਤਾਂ ਮੋਟਰ ਦਾ ਕਨੈਕਸ਼ਨ ਹੋਵੇ ਫਿਰ ਤਾਂ ਵੱਧ ਵੀ ਸਕਦਾ ਵਾ ਜੀ ਨਹੀਂ ਫਿਰ ਹੁਣ ਇੰਜਨ ਦਾ ਤਾਂ ਮਾਰੂ ਦਾ ਤਾਂ 25-30000 ਰੁਪਏ ਹਿਸਾਬ ਨਾਲ ਹੀ ਦਿੰਦੇ ਆ ਜੀ ਜੀ ਤੇ ਸਰਪੰਚ ਸਾਹਿਬ ਹੁਣ ਇਹ ਚੱਲਣਾ ਪਾਓ ਤੁਹਾਡੇ ਪਿੰਡ ਦੇ ਵਸਨੀਕ ਜਿਹੜੇ ਨੇ ਤੁਹਾਡੇ ਸਾਬਕਾ ਸਰਪੰਚ ਦੀ ਜੇਕਰ ਆਪਾਂ ਗੱਲ ਕਰੀਏ ਉਹਨੂੰ ਪਿਆਰ ਨਾਲ ਪਾਲੀ ਕਹਿੰਦੇ ਆ ਹਾਂਜੀ ਤੇ ਆਪਾਂ ਸਾਬਕਾ ਸਰਪੰਚ ਦੀ ਜੇਕਰ ਗੱਲ ਕਰੀਏ ਪਿਛਲੇ 5 ਸਾਲ ਦੇ ਵਿੱਚ ਉਹਨਾਂ ਨੇ ਪਿੰਡ ਦੇ ਜਿਹੜੇ ਕੰਮ ਕੀਤੇ ਉਹਦੇ ਲਈ ਸਰਕਾਰ ਕੰਨੀਓ ਗ੍ਰਾਂਟ ਵੀ ਆਈ ਹੋएगी ਹਾਂਜੀ ਔਰ ਤੁਹਾਨੂੰ ਜਾਣਕਾਰੀ ਹੈ ਕਿ ਉਹ ਗ੍ਰਾਂਟ ਕਿੰਨੀ ਆਈ 5 ਸਾਲ ਨਹੀਂ ਜੇ ਲਗਾਤਾਰ ਰਹੇ ਆ 10 ਸਾਲ ਜੀ ਠੀਕ ਹੈ ਨਾ ਪਹਿਲੇ 5 ਸਾਲ ਡੇਢ ਕਰੋੜ ਡੇਢ ਕਰੋੜ ਦੇ ਨੇੜੇ ਆਇਆ ਹੋਊਗਾ ਜੀ ਤੇ ਦੂਜੇ ਮਗਰਲੇ 5 ਸਾਲ ਤੋਂ ਲੱਗਿਆ ਨਹੀਂ ਹੈਗਾ ਪਰ ਉਹ ਨਾ ਜਾਣੇ ਕਿ ਜਦ ਨਾ ਆਇਆ ਪਹਿਲਾਂ ਜਦ ਮਗਰਲੇ ਜੀ ਡਰ ਮਾਉ ਉਹਦੇ ਵਿੱਚ ਤਾਂ ਗੱਲ ਹੀ ਗਰਾਉਂਡ ਹੀ ਬਣੀ ਹੈ ਬਸ ਜੀ ਦਰਸ਼ਕਾ ਇੱਥੇ ਸੋਚ ਰਹੇ ਹੋਣਗੇ ਕਿ ਪਹਿਲੀ ਵਾਰ ਹੈ ਕਿ ਸਿਟੀ ਲਾਈਵ ਚੈਨਲ ਨੇ ਕਿਸੇ ਸਰਪੰਚ ਦੇ ਬਾਰੇ ਦੱਸਿਆ ਹੋਵੇ ਕਿ ਉਹਦੇ ਪਿੰਡ ਵਸਨੀਕ ਉਹਨੂੰ ਪਿਆਰ ਨਾਲ ਇਸ ਸ਼ਬਦ ਨਾਲ ਬੁਲਾਉਂਦੇ ਆ ਉਹਦਾ ਕਾਰਨ ਕੀ ਸੀ ਸਰਪੰਚ ਕੁਲਦੀਪ ਜੀ ਦੇ ਨਾਲ ਗੱਲ ਕਰਨ ਸਮੇਂ ਸਾਬਕਾ ਸਰਪੰਚ ਦੀ ਜਦੋਂ ਗੱਲ ਹੋਈ ਤੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਜਦੋਂ ਸਿਟੀ ਲਾਈਬਰੀ ਟੀਮ ਪਿੰਡ ਰੂਮੀ ਦੇ ਵਿੱਚ ਪਹੁੰਚੀ ਤੇ ਸਰਪੰਚ ਸਾਹਿਬ ਤੁਹਾਨੂੰ ਵੀ ਤੁਹਾਡੇ ਨਾਲ ਵੀ ਗੱਲ ਸਾਂਝੀ ਕਰ ਲੈਣੇ ਆ ਕਿ ਤੁਹਾਡੇ ਪਿੰਡ ਰੂਮੀ ਦੇ ਵਿੱਚ ਆਂਦੇ ਮੈਨੂੰ ਮੂੰਹ ਦੇ ਉੱਤੇ ਕਰੀਮ ਪਾਊਡਰ ਲਗਾਉਣ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਆਲਰੇਡੀ ਪਿੰਡ ਰੂਮ ਵੀ ਦੀ ਜਿਹੜੀਆਂ ਸੜਕਾਂ ਨੇ ਉੱਥੇ ਹੀ ਕ੍ਰੀਮ ਪਾਊਡਰ ਇੰਨਾ ਪਿਆ ਹੈ ਤੇ ਜੇਕਰ ਪਿਛਲੇ ਸਰਪੰਚ ਨੂੰ ਲੋਕ ਪਿੰਦੇ ਦੇ ਲੋਕ ਪਿਆਰ ਨਾਲ ਇੱਕ ਨਾਮ ਦਿੰਦੇ ਨੇ ਪਰ ਤੁਹਾਡੇ ਸਾਬਕਾ ਸਰਪੰਚ ਨੇ ਪਿੰਡ ਦੇ ਵਿੱਚ ਕੀ ਕੰਮ ਕੀਤੇ ਨੂੰ ਕਿਤੇ ਨਜ਼ਰ ਨਹੀਂ ਆਏ ਜੇ ਕਿਤੇ ਉਹ ਕੰਮ ਕੀਤੇ ਹੁੰਦੇ ਤਾਂ ਜਿਸ ਹਿਸਾਬ ਨਾਲ ਹਲਕਾ ਦਾਖਾ ਦੇ ਵਿੱਚ ਹੁਣ ਸੰਦੀਪ ਸੰਧੂ ਪਿੰਡਾਂ ਦੇ ਵਿਕਾਸ ਕਰ ਰਹੇ ਨੇ ਤਾਂ ਤੁਹਾਡਾ ਪਿੰਡ ਦਾ ਲਿਸ਼ਕਿਆ ਹੋਣਾ ਚਾਹੀਦਾ ਸੀ ਹਾਂਜੀ ਬਿਲਕੁਲ ਜੀ ਤੇ ਤੁਹਾਡੀ ਜਿਹੜੀ ਸਾਬਕਾ ਪੰਚਾਇਤ ਹੈ ਉਹਨੇ ਤੁਹਾਡੇ ਖਾਤੇ ਵਿੱਚ ਕਿੰਨੀ ਰਕਮ ਛੱਡੀ ਉਹ ਤਾਂ ਥੋੜੇ ਹਜ਼ਾਰਾਂ ਦੇ ਹਿਸਾਬ ਨੇ ਸੀਗੇ ਜੀ ਜੀ ਹਾਂ ਜੀ ਪਰ ਹੁਣ ਇਹ ਚੰਨਾ ਪਾਓ ਕਿ ਸਾਬਕਾ ਪੰਚਾਇਤ ਜਦੋਂ ਪਿੰਡ ਦੇ ਵਿਕਾਸ ਕੰਮ ਨਹੀਂ ਸੀ ਕਰ ਰਹੀ ਤੇ ਪਿੰਡ ਦੇ ਇਸ ਸਮੇ ਜੋ ਹਾਲਾਤ ਨੇ ਕਿ ਉਹਨਾਂ ਨੂੰ ਦੇਖ ਕੇ ਕਦੇ ਪਿੰਡ ਦੇ ਵਕਸਨੀਕਾਂ ਨੇ ਸਾਬਕਾ ਸਰਪੰਚ ਦਾ ਵਿਰੋਧ ਨਹੀਂ ਕੀਤਾ ਨਹੀਂ ਜੀ ਕੀਤਾ ਨਹੀਂ ਤੇ ਹੁਣ ਜਦੋਂ ਤੁਸੀਂ ਆਪਣੇ ਪਿੰਡ ਦੀ ਜ਼ਿੰਮੇਵਾਰੀ ਨਿਭਾ ਰਹੇ ਹੋ ਤੇ ਹੁਣ ਪਿੰਡ ਦੇ ਲੋਕ ਆ ਕੇ ਕਹਿੰਦੇ ਨੇ ਕਿ ਸਰਪੰਚ ਸਾਡੀ ਗਲੀ ਨਹੀਂ ਬਣੀ ਸਰਪੰਚ ਸਾਡੀ ਨਾਲੀ ਨਹੀਂ ਬਣੀ ਜਾਂ ਹੋਰ ਉਹ ਤਾਂ ਕਹਿੰਦਾ ਹੀ ਰਹਿੰਦੇ ਆ ਜੀ ਤਾਂ ਜੀ ਇਹ ਤਾਂ ਚੰਗੀ ਜਾਣਾ ਜਦੋਂ ਗਾਂ ਦੀ ਗਾਂ ਆਈ ਜ ਬਣਾਈ ਜਾਂਦੇ ਆ ਜੇ ਕੋਈ ਮੂਰੇ ਆ ਕੇ ਕਹਿੰਦਾ ਫਿਰ ਨਾਲ ਇਹ ਤਾਂ ਕੰਮ ਮੁਕਲਾ ਹੀ ਨਹੀਂ ਹੈਗਾ ਜਾਨ ਕੇ ਜਿਉਂ ਜਿਉ ਹੀਗਾ ਗ੍ਰਾਂਟ ਆਈ ਜਾਊਗੀ ਤਿਆਂ ਤੋਂ ਲਾਈ ਜਾ ਲਾਂਗੇ ਮਤਲਬ ਬਣਾਉਂ ਸਰਪੰਚ ਸਾਹਿਬ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲਬਾਤ ਕੀਤੀ ਕਿ ਸਾਬਕਾ ਪੰਚਾਇਤ ਨੂੰ ਮਨਪ੍ਰੀਤ ਸਿੰਘ ਯਾਦਲੀ ਨੇ ਇੱਕ ਗਰਾਊਂਡ ਦਿੱਤਾ ਸੀ ਪਿੰਡ ਦੇ ਵਿੱਚ ਤੇ ਹੁਣ ਇਹ ਚਾਣਨਾ ਪਾਓ ਕਿ ਤੁਹਾਡੇ ਪਿੰਡ ਦੇ ਵਿੱਚ ਜੇਕਰ ਉਹ ਗਰਾਊਂਡ ਹੈ ਤਾਂ ਉਹਦੇ ਕੀ ਹਾਲਾਤ ਨੇ ਹਾਲਾਤ ਤਾਂ ਠੀਕ ਹੀ ਹੈ ਜੀ ਮੈਂ ਕਹਿੰਦੀ ਜੀ ਇਹ ਚਾਹੁੰਨਾ ਪਉ ਉਸ ਗਰਾਊਂਡ ਦੇ ਵਿੱਚ ਕਿੰਨੇ ਬੱਚੇ ਖੇਡਦੇ ਆ ਨਹੀਂ ਜੀ ਬੱਚੇ ਨਹੀਂ ਹੈ ਬਹੁਤ ਘੱਟ ਆ ਕੇ ਆਉਂਦੇ ਹੀ ਨਹੀਂ ਹੈਗੇ ਹੁਣ ਤਾਂ ਕੀ ਕਰਨੇ ਵੀ ਆਪਣੇ ਪਿੰਡ ਦੇ ਵਿੱਚ ਜਿਹੜੇ ਖਿਡਾਰੀ ਬੱਚੇ ਨੇ ਸਾਹਮਣੇ ਨਹੀਂ ਆ ਰਹੇ ਕਿਉਂਕਿ ਤੁਹਾਡੇ ਗਵਾਂਢੀ ਪਿੰਡ ਹੈ ਜਿਸ ਤਰ੍ਹਾਂ ਚਚਰਾੜੀ ਹੋਇਆ ਢੋਲਣ ਹੋਇਆ ਇਹਨਾਂ ਦੇ ਵਿੱਚ ਖਿਡਾਰੀ ਬੈਠੇ ਨੇ ਹਾਂਜੀ ਹਾਂ ਇੱਥੋਂ ਤਾਂ ਬਹੁਤ ਆਣ ਇੱਥੇ ਕੋਈ ਕਰਕੇ ਨਹੀਂਦਾ ਜੀ ਹੈਗਾ ਆਉਂਦਾ ਹੀ ਨਹੀਂ ਹੈਗਾ ਬੱਚੇ ਆ ਨਹੀਂ ਰਹੇ ਤੇ ਸਰਪੰਚ ਸਾਹਿਬ ਹੁਨੇ ਦੱਸੋ ਕਿ ਤੁਹਾਡੀ ਸਾਬਕਾ ਪੰਚਾਇਤ ਨੇ ਜਿੱਥੇ ਆਪਣੇ ਪਿੰਡ ਦੇ ਵਿਕਾਸ ਕੰਮ ਛੱਡੇ ਸੀ ਤੁਸੀਂ ਉੱਥੋਂ ਹੀ ਆਪਣੇ ਪਿੰਡ ਦੇ ਵਿਕਾਸ ਕੰਮ ਸ਼ੁਰੂ ਕਰੇ ਨੇ ਜਾਂ ਤੁਹਾਡੀ ਆਪਣੀ ਨਵੀਂ ਪਲੈਨਿੰਗ ਸੀ ਨਹੀਂ ਜੀ ਪਹਿਲਾਂ ਜੇ ਉਹਨਾਂ ਦੇ ਗਲੀਆਂ ਪੱਟੀਆਂ ਹੋਈਆਂ ਛੱਡਤੀਆਂ ਸੀਗੇ ਜੀ ਪਹਿਲਾਂ ਉੱਥੇ ਸ਼ੁਰੂ ਕੀਤਾ ਕਿੰਨੀਆਂ ਗਲੀਆਂ ਨੇ ਜਿਹੜੀਆਂ ਉਹਨਾਂ ਨੇ ਪੱਟੀਆਂ ਹੋਈਆਂ ਸੀ ਉਹ ਰੋਹ ਤੁਸੀਂ ਨੇਪਰੇ ਚੜਾਈਆਂ ਦੋ ਤਿੰਨ ਪੱਟੀਆਂ ਹੀ ਉਹਨਾਂ ਦੀ ਜਾਨੀ ਕਿ ਪਹਿਲਾਂ ਉੱਥੋਂ ਲਾ ਕੇ ਉਦੋਂ ਮੁੜ ਕੇ ਫੇਰ ਅਸੀਂ ਗਾਹਾਂ ਫਿਰ ਆਪ ਦਾ ਸ਼ੁਰੂ ਕਰ ਲੈ ਫਿਰ ਮੂਰੇ ਮੂਰੇ ਪੱਟੀਆਂ ਜਾਂਦੇ ਜਿਉਂ ਜਿਵੇਂ ਗ੍ਰਾਂਟ ਆਉਂਦੀ ਹੈ ਉਹ ਮੈਂ ਲਾਈ ਜਾਂਦੇ ਜਾਨੀ ਕਿ ਜੀ ਤੇ ਹੁਣ ਤੱਕ ਤੁਹਾਨੂੰ ਦਸੰਬਰ ਦੇ ਵਿੱਚ 3 ਸਾਲ ਹੋ ਜਾਣੇ ਆ ਹਾਂ ਜੀ ਤੇ ਤੁਹਾਨੂੰ ਪਿੱਛੇ ਤੁਸੀਂ ਜਦੋਂ ਆਪਾਂ ਵਿਦਆਊਟ ਕੈਮਰੇ ਗੱਲ ਕਰ ਰਹੇ ਸੀ ਤੁਹਾਨੂੰ ਕੋਈ ਪ੍ਰੋਬਲਮ ਵੀ ਆ ਗਈ ਸੀ ਜਿਹਦੇ ਕਰਕੇ ਥੋੜਾ ਜਿਹਾ ਕੰਮ ਆਪਣਾ ਪੈਂਡਿੰਗ ਰਹਿ ਗਿਆ ਸੀ ਤੇ ਦੱਸੋ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਆਪਣੇ ਪਿੰਡ ਦੀਆਂ ਕਿੰਨੀਆਂ ਗਲੀਆਂ ਹੁਣ ਤੱਕ ਬਣਵਾ ਚੁੱਕੇ ਹੋ ਗਲੀਆਂ ਦਾ 15 20 ਦੇ ਨੇੜੇ ਬਣ ਗਏ ਹੋਗੇ ਜੀ ਬਾਕੀ ਬਣੇ ਵੀ ਜਾਂਦੇ ਆ ਹੋਰ ਵਿੱਚ ਚੱਲੇ ਆ ਜੀ ਵੀ ਕੰਮ ਚੱਲਿਆ ਜਾਂਦਾ ਜਾਨੀ ਜੀ ਹਾਂਜੀ ਅਰੇ ਤੁਹਾਡੇ ਪਿੰਡ ਨੂੰ ਜਿਹੜੀ ਫਿਰਨੀ ਆ ਉਹ ਪੀ ਡਬਲਯੂ ਡੀ ਦੀ ਹੈ ਜਾਂ ਮੰਡੀ ਬੋਰਡ ਦੀ ਹੈ ਉਹ ਮੰਡੀ ਬੋਰਡ ਦੀ ਹੈ ਇਹ ਕਈ ਪਿੰਡਾਂ ਦੇ ਵਿੱਚ ਜਿਹੜੀਆਂ ਮੰਡੀ ਬੋਰਡ ਜਾਂ ਪੀ ਡਬਲਯੂ ਡੀ ਦੇ ਰਾਹੀਂ ਇਹ ਫਿਰਨੀਆਂ ਬਨੀਆਂ ਹੋਈਆਂ ਨੇ ਤਾਂ ਸਰਪੰਚ ਵੀਰਾਂ ਨੇ ਉਹਨਾਂ ਦੇ ਆਲੇ ਦੁਆਲੇ ਇੰਟਰਲੌਕ ਟਾਈਲਾਂ ਲਾ ਕੇ ਵਧੀਆ ਲੁੱਕ ਕੀਤੀ ਹੋਈ ਆ ਪਰ ਕੀ ਕਰ ਰਹੇ ਨੇ ਕਿ ਆਪਣੇ ਪਿੰਡ ਦੇ ਵਿੱਚ ਉਹਨਾਂ ਸੜਕਾਂ ਦੇ ਆਲੇ ਦੁਆਲੇ ਮਿੱਟੀ ਘੱਟਾ ਜਿਆਦਾ ਟੁੱਟ-ਫੁੱਟ ਬਹੁਤ ਪਈ ਆ ਨਹੀਂ ਜੇ ਅਸੀਂ ਹੁਣ ਇੱਥੋਂ ਆਪਦੇ ਘਰ ਤੋਂ ਲੈ ਕੇ ਇਧਰ ਪਿਰਨੀ ਖਾੜੇ ਤੱਕ ਲਾ ਦਈਆ ਜੀ ਤੇ ਹੁਣ ਜੇ ਦੂਜੇ ਪਾਸੇ ਉਹਨੂੰ ਗਰਾਉਂਟ ਹੋਊ ਕਿ ਜੇ ਵੀ ਥੱਲੇ ਪਾਸੂ ਕਰਕੇ ਇਹ ਵੀ ਸੜਕ ਦੇ ਨਾਲ ਹੀ ਸਾਦਾਂਗੇ ਜੀ ਹਾਂਜੀ ਤੇ ਤੁਹਾਡੇ 3 ਸਾਲ ਦੇ ਕਾਰਜਕਾਲ ਦੇ ਦੌਰਾਨ ਹੁਣ ਤੱਕ ਤੁਹਾਨੂੰ 14ਵੇਂ ਔਰ 15ਵੇਂ ਵਿੱਤ ਕਮਿਸ਼ਨ ਦੇ ਕਿੰਨੀ ਰਕਮ ਆ ਗਈ ਔਰ ਕਿਹੜੇ ਕਿਹੜੇ ਕੰਮ ਤੇ ਲਗਾਇਆ ਉਹ ਪੈਸਾ ਹਾਂਜੀ ਕਰੀਬ 7000 ਲੱਖ ਰੁਪਏ ਆ ਗਿਆ ਹੈਗੇ ਉਹ ਪਿੰਡ ਦੇਆਂ ਗਲੀਆਂ ਨਗਲੀਆਂ ਵਾਸਤੇ ਜਮੈਂ ਜਿੱਥੇ ਉਹਨਾਂ ਨੇ ਕਿਹਾ ਵਾ ਕੋਈ ਵਾਟਰ ਟੈਂਕੀ ਨਾ ਹੋਈ ਉਹ ਲਾਈਆ ਟੈਂਕੀ ਬਣਵਾਈਆ ਪਿੰਡ ਵਾਸਤੇ ਜਿੱਥੇ ਇੱਥੇ ਜਮੈਂ ਜਮੈਂ ਕਿਹਾ ਕਿ ਤਾ ਉਵੇਂ ਉਵੇਂ ਬਰਤੋਲੇ ਨੂੰ ਤੇ ਹੋਰ ਕੀ ਕੀ ਕੰਮ ਕੀਤਾ ਇਸ ਰਕਮ ਦੇ ਨਾਲ ਉਸ ਦੇ ਗਾਮਾ ਜਿਹੜੇ ਜਿਵੇਂ ਉਹ ਉਹਨਾਂ ਦੇ ਲਿਖਤੀ ਰੂਪ ਚ ਆਉਂਦਾ ਵਾ ਉਸ ਹਾਵ ਨਾਲ ਹੀ ਵਰਤਦੇ ਆ ਯਾਨੀ ਕਿ ਜਿ ਗਲੀਆਂ ਨਾਲੀਆਂ ਦਾ ਗਲੀਆਂ ਨਾਲੀਆਂ ਲਾਉਂਦੇ ਆ ਜਾਂ ਕੋਈ ਕਿਤੇ ਕੋਈ ਬੋਰ ਜਿੱਥੇ ਪਾਣੀ ਪੁਣੀ ਪਤਾ ਜਾਂਦਾ ਮਿੱਟੀ ਇਕੱਠਾ ਹੁੰਦਾ ਵੀ ਜੇ ਉੱਥੇ ਬੋਰ ਕਰਾਓ ਉਹ ਮੇਜ ਯਾਨੀ ਕਿ ਜਿਵੇਂ ਜਿਵੇਂ ਹੈਗੇ ਉਹਵੇਂ ਲਾਈ ਜਾਂਦੇ ਆ ਤੇ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਐਮਪੀ ਸਰਦਾਰ ਰਮਨੀਤ ਸਿੰਘ ਬਿੱਟੂ ਜੀ ਦੀ ਤੇ ਉਹਨਾਂ ਨੇ ਐਮਪੀ ਬਣਨ ਤੋਂ ਬਾਅਦ ਤੁਹਾਡੇ ਪਿੰਡ ਰੂਮੀ ਨੂੰ ਤੁਹਾਡੇ ਕਾਰਜਕਾਲ ਦੇ ਵਿੱਚ ਕੋਈ ਰਕਮ ਦਿੱਤੀ ਨਹੀਂ ਜੀ ਕੋਈ ਨਹੀਂ ਅਜੇ ਤੱਕ ਅ ਜੇਕਰ ਆਪਾਂ ਗੱਲ ਕਰੀਏ ਹਲਕਾ ਇੰਚਾਰਜ ਸੰਦੀਪ ਸੰਧੂ ਜੀ ਦੀ ਜਿੱਥੇ ਉਹ ਹੋਰ ਪਿੰਡਾਂ ਨੂੰ ਥੋੜੀ ਥੋੜੀ ਗ੍ਰਾਂਟ ਦੇ ਕੇ ਉਹਨਾਂ ਪਿੰਡਾਂ ਦੇ ਵਿਕਾਸ ਕੰਮ ਕਰਵਾ ਰਹੇ ਨੇ ਤੁਹਾਡੇ ਪਿੰਡ ਰੂਮੀ ਨੂੰ ਹਲਕਾ ਇੰਚਾਰਜ ਸੰਦੀਪ ਸੰਧੂ ਰਹੀ ਹੁਣ ਤੱਕ ਕੀ ਆਇਆ ਹਾਂਜੀ ਦਿੱਤੀਆਂ ਗ੍ਰਾਂਟ ਜੀ ਬਹੁਤ ਦਿੱਤੀ ਇਹਨਾਂ ਨੇ ਇਹ ਜੀ ਦੋ ਤਣੇ ਵਾਰੀ ਚੈੱਕ ਆਇਆ ਜਣੇ ਕਿ ਕੋਈ ਵਕਤ 8 ਲੱਖ ਦਾ ਆ ਗਿਆ ਕਿਤੇ 5 ਦਾ ਆ ਗਿਆ ਕਿਤੇ 4 ਦਾ ਆਈ ਜਣੇ ਕਿ 3-4 ਵਾਰੀ ਦਿੱਤੇ ਇਹਨਾਂ ਨੇ ਜਿਹੜੇ ਤੁਹਾਨੂੰ ਇਹ ਚੈੱਕ ਆਏ ਨੇ ਇਹ ਚੈੱਕ ਤੁਹਾਨੂੰ ਐਮਪੀ ਫੰਡ ਵਿੱਚੋਂ ਆਇਆ ਜਾਂ ਰਾਜ ਸਰਕਾਰ ਦਾ ਇਹ ਨਹੀਂ ਜੀ ਬਾਕੀ ਇਹ ਸਰਕਾਰ ਵੱਲੋਂ ਦਿੱਤੇ ਗਏ ਨੇ ਤੇ ਇਹਨਾਂ ਨੇ ਜਾਨਿ ਕਿ ਦੇਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਹਲਕਾ ਇੰਚਾਰਜ ਜਿਸ ਤਰ੍ਹਾਂ ਆਪਾਂ ਨੂੰ ਕੁਲਦੀਪ ਜੀ ਨੇ ਦੱਸਿਆ ਕਿ ਉਹਨਾਂ ਨੇ 8 ਲੱਖ 10 ਲੱਖ ਇਸ ਤਰ੍ਹਾਂ ਕਰਕੇ ਪਿੰਡ ਦੇ ਵਿਕਾਸ ਕੰਮਾਂ ਲਈ ਚੈੱਕ ਦਿੱਤੇ ਨੇ ਜਾਂ ਐਮਪੀ ਫੰਡ ਵਿੱਚੋਂ ਦਵਾਈ ਨੇ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਪਿੰਡ ਦੇ ਵਿਕਾਸ ਕੰਮ ਹੋਣੇ ਜ਼ਰੂਰੀ ਨੇ ਔਰ ਹਲਕਾ ਇਨਚਾਰਜ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਜ਼ਿੰਮੇਵਾਰੀਆਂ ਦੀ ਤਾਂ ਇਸ ਸਮੇਂ ਹਲਕਾ ਦਾਖਾ ਦੀ ਜਿਹੜੀ ਅਸਲੀ ਜ਼ਿੰਮੇਵਾਰੀ ਹੈ ਉਹ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਤੋਂ ਬਾਅਦ ਬਣਦੀ ਹੈ ਸਰਦਾਰ ਮਨਪ੍ਰੀਤ ਸਿੰਘ ਯਾਲੀ ਦੀ ਆਓ ਆਪਾਂ ਗੱਲਬਾਤ ਕਰੀਏ ਕਿ ਸਰਦਾਰ ਮਨਪ੍ਰੀਤ ਸਿੰਘ ਯਾਲੀ ਨੇ ਪਿੰਡ ਰੂਮੀ ਨੂੰ ਵਿਕਾਸ ਕਮਲ ਲਈ ਕੀ ਕੁਝ ਦਿੱਤਾ ਤੇ ਹੁਣ ਇਹ ਚਾਣਨਾ ਪਾਓ ਕਿ ਤੁਹਾਡੇ ਐਮਐਲਏ ਸਰਦਾਰ ਮਨਪ੍ਰੀਤ ਸਿੰਘ ਯਾਲੀ ਜਿੱਤਣ ਤੋਂ ਬਾਅਦ ਹੁਣ ਇਸ ਕਾਰਜਕਾਲ ਦੇ ਦੌਰਾਨ ਜਿੱਤਨ ਤੋਂ ਬਾਅਦ ਤੁਹਾਡੇ ਪਿੰਡ ਵਿੱਚ ਕਿੰਨੀ ਵਾਰ ਆਏ ਆਏ ਤਾਂ ਹੈਗਾ ਤਿੰਨ ਚਾਰ ਵਾਰ ਦੇਖ ਕੇ ਲਿਆ ਹਨ ਕੋ ਤੁਹਾਨੂੰ 3 ਸਾਲ ਦੇ ਵਿੱਚ ਹਲੇ ਤੱਕ ਕੁਝ ਨਹੀਂ ਰਾ ਨਹੀਂ ਨਹੀਂ ਕੁਝ ਨਹੀਂ ਆਇਆ ਜੀ ਕੀ ਤੁਹਾਨੂੰ ਨਹੀਂ ਕੁਝ ਆਇਆ ਜਾਂ ਤੁਹਾਡੇ ਪਿੰਡ ਵਿੱਚ ਹੀ ਕੁਝ ਨਹੀਂ ਆਇਆ ਕਿਉਂਕਿ ਹੋ ਸਕਦਾ ਤੁਹਾਨੂੰ ਜਾਣਕਾਰੀ ਨਾ ਹੋਵੇ ਅਕਾਲੀ ਪਾਰਟੀ ਵਾਲਿਆਂ ਵੱਲ ਕੁਝ ਗਿਆ ਹੋਵੇ ਨਹੀਂ ਜੇ ਇਹ ਤਾਂ ਸਾਨੂੰ ਨਹੀਂ ਹੈਗਾ ਤੇ ਤੁਹਾਡੇ ਪਿੰਡ ਦਾ ਕਿਹੜਾ ਵਿਕਾਸ ਕੰਮ ਹੈ ਜਿਸ ਦੀ ਗ੍ਰਾਂਟ ਦੇ ਲਈ ਤੁਸੀਂ ਮਨਪ੍ਰੀਤ ਸਿੰਘ ਯਾਲੀ ਜੀ ਨੂੰ ਸਿਟੀ ਲਾਈਵ ਚੈਨਲ ਦੇ ਰਾਹੀਂ ਕਹਿਣਾ ਚਾਹੋਗੇ ਕਿ ਤੁਹਾਨੂੰ ਗ੍ਰਾਂਟ ਦੇਣ ਹਾਂਜੀ ਹੱਕ ਤਾਂ ਬਣਦਾ ਜਿਵੇਂ ਐਮਐਲਏ ਬਣਿਆ ਹੋ ਦੇਣ ਦਾ ਸਾਰੇ ਪਿੰਡਾਂ ਨੂੰ ਆ ਬਣਦਾ ਕੋਈ ਦੀ ਪਰ ਉਹਦੇ ਵਿੱਚ ਉਹਦੇ ਹੈ ਨਹੀਂ ਉਹ ਕੈਪਟਨ ਸੰਦੀਪ ਸਿੰਘ ਸੱਤੂ ਨੇ ਜ਼ਿੰਮੇਵਾਰੀ ਸੰਭਾਲੀ ਹੋਈ ਹੈ ਉਹਦੀ ਉਹੀ ਸਾਰੇ ਹਲਕੇ 'ਚ ਵੰਡ ਰਿਹਾ ਵਾ ਉਹੀ ਜਾਂਦਾ ਵਾ ਉਹ ਤਾਂ ਕਦੇ ਜਾ ਕੇ ਨਹੀਂ ਰਾਜੀ ਹੈਗਾ ਦਿਲਾਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਖਟਾਸ ਦੀ ਗੱਲ ਹੈ ਜੇਕਰ ਦੇਖਿਆ ਜਾਵੇ ਸਰਦਾਰ ਮਨਪੀ ਸਿੰਘ ਯਾਲੀ ਜੀ ਨੂੰ ਸਿਟੀ ਲਾਈਵ ਚੈਨਲ ਦੇ ਜ਼ਰੀਏ ਅਸੀਂ ਵੀ ਸੁਨੇਹਾ ਦੇਣਾ ਚਾਹਾਂਗੇ ਕਿ ਹਲਕਾ ਦਾਖਾ ਦੇ ਲੋਕਾਂ ਨੇ ਤੁਹਾਨੂੰ ਹੱਥਾਂ ਦੇ ਨਹੀਂ ਅੱਖਾਂ ਦੇ ਚੁੱਕਿਆ ਪਰ ਕੀ ਕਾਰਨ ਹੈ ਕਿ ਤੁਸੀਂ ਆਪਣੇ ਹਲਕਾ ਦਾਖਾ ਦੇ ਪਿੰਡ ਦੇ ਸਰਪੰਚਾਂ ਵੱਲ ਧਿਆਨ ਨਹੀਂ ਦੇ ਰਹੇ ਜਾਂ ਤਾਂ ਹਲਕਾ ਦਾਖਾ ਤੋਂ ਜਦੋਂ ਤੁਸੀਂ ਐਮਐਲਏ ਬਣੇ ਤਾਂ ਤੁਹਾਨੂੰ ਵੀ ਇਸ ਗੱਲ ਦੀ ਪੂਰਨ ਤੌਰ ਤੇ ਜਾਣਕਾਰੀ ਹੈ ਕਿ ਇਹ ਜਿਹੜੇ ਪਿੰਡ ਨੇ ਤੁਹਾਡੇ ਆਪਣੇ ਨੇ ਔਰ ਇਸ ਪਿੰਡ ਦੇ ਜਿਹੜੇ ਸਰਪੰਚ ਨੇ ਇਹ ਤੁਹਾਡੇ ਪੁੱਤਰ ਨੇ ਤੇ ਆਪਣੇ ਪੁੱਤਰਾਂ ਨੂੰ ਜੇਕਰ ਤੁਸੀਂ ਪੈਸਾ ਨਹੀਂ ਦਿਓਗੇ ਗ੍ਰਾਂਟ ਨਹੀਂ ਦਿਓਗੇ ਤਾਂ ਤੁਹਾਡੇ ਪੁੱਤਰ ਵਿਕਾਸ ਕੰਮ ਕਿੱਥੋਂ ਕਰਨਗੇ ਤੇ ਕਿਸ ਤਰ੍ਹਾਂ ਕਹਿਣਗੇ ਕਿ ਸਾਡੇ ਐਮਐਲਏ ਸਰਦਾਰ ਮਨਪੀ ਸਿੰਘ ਯਾਲੀ ਨੇ ਹਲਕਾ ਦਾਖਾ ਦੇ ਵਿੱਚ ਵਿਕਾਸ ਕੀਤਾ ਜੇਕਰ ਗੱਲ ਕਰੀਏ ਹਲਕਾ ਇਨਚਾਰਜ ਸੰਦੀਪ ਸੰਧੂ ਦੀ ਕਿ ਤੇ ਇੰਜ ਨਾ ਹੋ ਜਾਵੇ ਕਿ 2022 ਦੀਆਂ ਚੋਣਾਂ ਵਿੱਚ ਤੁਹਾਡੇ ਹਲਕਾ ਦਾਖਾ ਦੇ ਪਿੰਡ ਦੇ ਸਰਪੰਚ ਕਹਿਣ ਕਿ ਸੰਦੀਪ ਸੰਧੂ ਜੀ ਨੇ ਉਹਨਾਂ ਨੂੰ ਗੋਦ ਲੈ ਲਿਆ ਆਓ ਆਪਾਂ ਗੱਲਬਾਤ ਕਰਦੇ ਹਾਂ ਅਗਲੇ ਸਵਾਲ ਦੇ ਉੱਤੇ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਰੂਮੀ ਦੀ ਤੇ ਜਾਣਕਾਰੀ ਦਿਓ ਕਿ ਤੁਹਾਡੇ ਪਿੰਡ ਰੂਮੀ ਦੇ ਵਿੱਚ ਹੱਡਾ ਰੋੜੀ ਦਾ ਕੀ ਪ੍ਰਬੰਧ ਹੈ ਹੱਡਾ ਰੋ ਠੀਕ ਹੈ ਜੀ ਵਧੀਆ ਬਣੀ ਹੋਈ ਆ ਪਰ ਹੁਣ ਆਇਆ ਜੋ ਚਮੜੇ ਵਾਲਾ ਤੋਂ ਬੰਦ ਹੋ ਗਿਆ ਕਰਕੇ ਠੇਕੇਦਾਰ ਕੋਈ ਲੈਂਦਾ ਨਹੀਂ ਹੈਗਾ ਜੀ ਉਹ ਤਾਂ ਜੇ ਮੈਂ ਕੋਈ ਹੈਗਾ ਕੋਈ ਪਰਿਵਾਰ ਚਾਹੇ ਤਾਂ ਉਹਨੂੰ ਪੈਸੇ ਦੇ ਕੇ ਕੋਈ ਕਹਿੰਦੇ ਹੋ 500 ਮੰਗ ਲੱਕਦੇ 1000 ਮੰਗਦਾ ਉਹ ਛੱਡਿਆ ਨਹੀਂ ਫਿਰ ਪਰ ਆਪਦੇ ਪਰਿਵਾਰ ਜਿਹਨਾਂ ਦਾ ਹੋਇਆ ਹੁੰਦਾ ਕੋਈ ਉਹ ਨਹੀਂ ਫਿਰ ਉਹ ਚੱਕ ਕੇ ਲੈ ਜਾਂਦੇ ਛੱਡਿਆ ਉਹਦੇ ਉੱਤੇ ਪਰ ਇਹ ਸੁਲਟਕੀ ਕਿੱਥੇ ਆਂਦੇ ਹੋ ਹੱਡਾ ਰੋੜੀ ਜੀ ਕਿੱਥੇ ਆ ਹੱਡਾ ਰੋੜੀ ਡੀ ਰੋਡ ਤੇ ਸੜਕ ਮੰਡੀ ਕੋਲੇ ਤੇ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਦੀ ਤਾਂ ਆਪਣੇ ਪਿੰਡ ਦੇ ਵਿੱਚ ਕਿੰਨੇ ਸ਼ਮਸ਼ਾਨ ਘਾਟ ਆ ਸ਼ਮਸ਼ਾਨ ਘਾਟ ਕਿਹ ਜੀ ਤੁਹਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਕਿੰਨੇ ਆ ਗੁਰਦੁਆਰਾ ਮੇ ਤਾਂ ਵੱਡਾ ਹੈਗਾ ਇੱਕ ਇਹਦੇ ਦੋ ਹੈਗੇ ਜ ਅੱਜ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੀ ਰੀੜ ਦੀ ਹੱਡੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਨੌਜਵਾਨ ਤੁਹਾਡੇ ਪਿੰਡ ਦੇ ਨੌਜਵਾਨਾਂ ਦੇ ਵਿੱਚ ਨਸ਼ੇ ਦੇ ਕੀ ਹਾਲਾਤ ਨੇ ਨਸ਼ੇ ਦੇ ਜੀ ਹੈਗੇ ਜਣੇ ਕਿ ਮੈਂ ਤਾਂ ਨਾ ਤਾਂ ਬੜੇ ਆ ਥੋੜੇ ਆ ਜਣੇ ਕਿ ਦੋ ਦੋ ਤਿੰਨ ਕਿ ਪਰ ਹੋਏਗੇ ਜਣੇ ਕਿ ਵੱਧ ਨਹੀਂ ਹੈਗੇ ਅ ਤੁਸੀਂ ਕਿਹੜੇ ਨਸ਼ੇ ਦੀ ਗੱਲ ਕਰ ਰਹੇ ਹੋ ਕਿਉਂਕਿ ਦੋ ਤਰ੍ਹਾਂ ਦੇ ਨਸ਼ੇ ਨੇ ਉਹ ਜ਼ਿਆਦਾ ਪਰਫੂਲਿਤਾ ਨਸ਼ਾ ਇਸ ਵਕਤ ਚਿੱਟੇ ਦਾ ਜ਼ਿਕਰ ਚੱਲ ਰਿਹਾ ਆ ਆਪਾਂ ਗੱਲ ਕਰ ਰਹੇ ਆ ਚਿੱਟੇ ਦੀ ਹਾਂ ਚਟੇ ਵੀ ਕਹਿੰਦੇ ਹੈਗੇ ਦੋ ਤਿੰਨ ਕਿ ਜਾਨੀ ਕਿ ਛਡਾਇਆ ਤੇ ਦਾਖਲ ਵੀ ਕਰਾਇਆ ਵਿੱਚ ਇੱਕ ਦੋ ਤਾਂ ਵੈਸੇ ਇਹੋ ਛੱਡ ਵੀ ਗਏ ਹੈਗੇ ਆ ਜੀ ਬਾਕੀ ਇਹੋ ਹੈਗੇ ਦੋ ਤਰ੍ਹਾਂ ਤੇ ਵੇਚਣ ਵਾਲਾ ਕੋਈ ਹੈ ਜੋ ਚਿੱਟਾ ਰੂਮੀ ਦੇ ਵਿੱਚ ਵੇਚਦਾ ਹੋਵੇ ਨਹੀਂ ਵੇਚਦੇ ਵਾਲਾ ਤੇ ਨਹੀਂ ਹੈਗਾ ਕੋਈ ਨਾਲ ਹੀ ਆਸੇ ਪਾਸੇ ਲੰਮੀ ਪਿੰਡੀ ਵੇਚਦਾ ਹਾਂ ਜੀ ਹਾਂਜੀ ਹਾਂ ਤੇ ਤੁਸੀਂ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਤੁਹਾਡੀ ਪੰਚਾਇਤ ਕੀ ਕਦਮ ਚੁੱਕ ਰਹੀ ਹੈ ਅਸੀਂ ਤਾਂ ਜੀ ਕਹਿੰਦੇ ਆ ਵੀ ਜੇ ਛੱਡੋ ਹੈ ਵੀ ਜੇ ਫਿਰੇਗਾ ਖਰਚਾ ਪਾਣੀ ਅਸੀਂ ਤੁਹਾਨੂੰ ਦਾਖਲ ਕਰਾ ਦਨੇ ਆ ਅਸੀਂ ਦੁਬਾਈ ਬੁੱਟੀ ਰਾਣੇ ਸਾਨੂੰ ਇਹ ਦਵਾ ਦੰਨੇ ਆ ਜੀ ਹਾਂਜੀ ਸਰਪੰਚ ਸਾਹਿਬ ਜਦੋਂ ਕਿਸੇ ਪਿੰਡ ਦੀ ਗੱਲ ਆਂਦੀ ਹੈ ਔਰ ਜਦੋਂ ਪਿੰਡ ਦੇ ਵਸਨੀਕ ਸ਼ਹਿਰ ਵਿੱਚ ਨਜ਼ਰ ਆਉਂਦੇ ਨੇ ਤਾਂ ਸ਼ਹਿਰ ਦੇ ਜਿਹੜੇ ਲੋਕ ਨੇ ਸਭ ਤੋਂ ਪਹਿਲਾਂ ਪਿੰਡ ਦੇ ਵਿੱਚੋਂ ਜਿਹੜੇ ਦੋ ਨਾਗਰਿਕ ਬਾਹਰ ਨਿਕਲਦੇ ਨੇ ਮਰਦ ਔਰ ਔਰਤ ਉਹਨਾਂ ਦੇ ਵਿੱਚੋਂ ਜਦੋਂ ਔਰਤ ਦੇ ਪਹਿਰਾਵੇ ਨੂੰ ਦੇਖਦੇ ਨੇ ਤਾਂ ਸਾਡੇ ਪਿੰਡ ਪੰਜਾਬ ਦੇ ਇਸ ਗੱਲ ਲਈ ਮਸ਼ਹੂਰ ਨੇ ਜੇ ਜਦੋਂ ਪਿੰਡ ਦੀ ਪੰਜਾਬਣ ਬਾਹਰ ਨਿਕਲਦੀ ਹੈ ਤਾਂ ਉਹਦੀ ਜਿਹੜੀ ਦੇਖਿਆ ਉਹਨੂੰ ਸਾਰੇ ਸਲੂਟ ਕਰਦੇ ਨੇ ਹੁਣ ਚਾਹਣਾ ਇਹ ਪਾਓ ਕਿ ਤੁਹਾਡੇ ਪਿੰਡ ਰੂਮੀ ਦੇ ਵਿੱਚ ਨੂਹਾ ਔਰ ਧੀਆ ਇਹਨਾਂ ਦੇ ਘਰੇਲੂ ਹਾਲਾਤ ਕਿਹੋ ਜਿਹੇ ਨੇ ਬਹੁਤ ਵਧੀਆ ਜੀ ਆਪਸਰ ਵਿੱਚ ਪਿਆਰ ਬਣਿਆ ਹੋਇਆ ਵਾ ਪੂਰਾ ਵਧੀਆ ਹੁੰਦਾ ਜੀ ਤੁਹਾਡੇ ਕਾਰਜਕਾਲ ਵਿੱਚ ਕੋਈ ਤਲਾਕ ਦਾ ਕੇਸ ਸਾਹਮਣੇ ਆਇਆ ਨਹੀਂ ਜੀ ਕੁਲਦੀਪ ਜੀ ਆਪਾਂ ਸਿਟੀ ਲਾਈਵ ਚੈਨਲ ਦੇ ਜਰੀ ਹਲਕਾ ਇੰਚਾਰਜ ਸੰਦੀਪ ਸੰਧੂ ਜੀ ਦੇ ਲਈ ਤੁਹਾਡੇ ਤੋਂ ਮੈਸੇਜ ਲਈਏ ਉਸ ਤੋਂ ਪਹਿਲਾਂ ਇਹ ਚਾਣਨਾ ਪਾਓ ਕਿ ਤੁਹਾਡੇ ਪਿੰਡ ਦੇ ਵਿੱਚ ਹਲੇ ਕਿੰਨੀਆਂ ਗਲੀਆਂ ਨੇ ਜੋ ਕੱਚੀਆਂ? ਕਰੀਬ ਹੈਗੀਆਂ ਜੀ 7-8 ਜੇ ਦੋ ਤੇ ਤੁਹਾਡੇ ਪਿੰਡ ਦੇ ਵਿੱਚ ਜੇ ਸਟਰੀਟ ਲਾਈਟ ਦੀ ਗੱਲ ਕਰੀਏ ਤਾਂ ਸੋਲਰ ਲਾਈਟ ਨਾ ਮਾਸਤਰੀ ਜੀ ਉਹ ਹੈ। ਨਹੀਂ ਹੈ요 ਨਹੀਂ ਜਮਈ। ਮੈਂ ਤਾਂ ਹੀ ਨਾਮਾ ਮਤਰੇ ਕਹਤਾ ਮੈਂ ਕਿ ਕਿ ਮੈਂ ਜੇ ਤੁਹਾਨੂੰ ਕਹਿਣਾ ਹੈਗਾ ਨਾ ਵੀ ਤੁਹਾਡੇ ਸੋਲਰ ਲਾਈਟ ਨਹੀਂ ਲੱਗੀ ਤੇ ਤੁਹਾਡੇ ਜਿਹੜੇ ਸਾਪਕਾ ਸਰਪੰਚ ਐ 10 ਸਾਲ ਦੇ ਵਿੱਚ ਸਰਪੰਚੀ ਕੀਤੀ ਐ ਤੇ ਉਹਨਾਂ ਦੀ ਸਰਪੰਚੀ ਦੇ ਕਾਰਜਕਾਲ ਨਾਲ ਤਾਂ ਪਿੰਡ ਲਿਸ਼ਕਿਆ ਹੋਣਾ ਸੀ ਹਾਂਜੀ ਹਾਂ ਬੁੱਧੀਆ ਹੋਣਾ ਸੀ ਜਿਹੜੇ ਹਿਸਾਬ ਨਾਲ ਗ੍ਰਾਂਟ ਆਈ ਪਰ ਨਹੀਂ ਲੱਗਿਆ ਨਹੀਂ ਹੈਗਾ ਜਾਨੀ ਕਿ ਉਹਨਾਂ ਜੀ ਤੇ ਤੁਸੀਂ ਆਪਣੇ ਪਿੰਡ ਦੇ ਲਈ ਸੋਲਰ ਲਾਈਟ ਲਈਏ ਤੁਹਾਡੇ ਐਮਪੀ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਕਿਹਾ ਹਾਂਜੀ ਕਿਹਾ ਵਾ ਕਿੰਨੀਆਂ ਲਾਈਟਾਂ ਲਈਏ 25 ਕਿਹਾ ਸੀ ਉਹਨਾਂ ਜੀ ਹਾਂਜੀ ਹਾਂ ਤੇ ਬਰਾ ਯਾਹੀ ਨਹੀਂ ਕੋਈ ਅਜੇ ਤੇ ਇਸ ਸੰਬੰਧ ਵਿੱਚ ਤੁਸੀਂ ਹਲਕਾ ਇੰਚਾਰ ਸੰਦੀਪ ਸੰਧੂ ਜੀ ਨੂੰ ਕਿਹਾ ਨਹੀਂ ਨਾ ਨਾ ਨਹੀਂ ਹੋਈ ਗੱਲ ਹੋਈ ਹੈ ਹੁਣ ਇਹ ਜਾਣਨਾ ਪਾਉ ਤੁਹਾਡੇ ਪਿੰਡ ਰੂਮੀ ਦੇ ਵਿੱਚ ਐਨ ਆਰ ਆਈ ਵੀਰ ਕਿੰਨੇ ਆ ਐਨ ਆਰ ਆਈ ਹੈਗੇ ਅਜੇ 50 100 ਦੇ ਨੇੜੇ ਬੱਚੇ ਹੋਗੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਸਰਦਾਰ ਕੁਲਦੀਪ ਸਿੰਘ ਜੀ ਦੇ ਨਾਲ ਐਨ ਆਰ ਆਈ ਵੀਰਾਂ ਦੇ ਸੰਬੰਧ ਵਿੱਚ ਗੱਲਬਾਤ ਕਰਨ ਦਾ ਕਾਰਨ ਕੀ ਸੀ ਤਾਨੂੰ ਯਾਦ ਹੋ ਗਿਆ ਕੁਲਦੀਪ ਜੀ ਜਦੋਂ ਤੁਹਾਡੇ ਕੋਲ ਆ ਕੇ ਬੈਠੇ ਸੀ ਤੇ ਤੁਹਾਡੇ ਨਾਲ ਤੁਹਾਡਾ ਬੇਟਾ ਵੀ ਬੈਠਾ ਸੀ ਜਿਸ ਨੇ ਦੱਸਿਆ ਸੀ ਕਿ ਸਾਡੇ ਪਿੰਡ ਦਾ ਨੌਜਵਾਨ ਪੜ੍ਹ ਲਿਖ ਕੇ ਬਾਹਰ ਹੀ ਜਾਣਾ ਚਾਹੁੰਦਾ ਔਰ ਆਲਮੋਸਟ ਬਾਹਰ ਚਲੇ ਗਏ ਨੇ ਪਰ ਪਿੰਡ ਹੋਵੇ ਐਨਆਰਆਈਆਂ ਦਾ ਪਿੰਡ ਹੋਵੇ ਉਹਨਾਂ ਨੌਜਵਾਨਾਂ ਦਾ ਜਿਹੜਾ ਆਪਣੇ ਦੇਸ਼ ਨੂੰ ਛੱਡ ਕੇ ਹੋਰ ਦੇਸ਼ ਵਿੱਚ ਕੰਮ ਕਰ ਰਹੇ ਨੇ ਪਰ ਦੁੱਖ ਹੋਇਆ ਸਾਨੂੰ ਇਹ ਦੇਖ ਕੇ ਕਿ ਇਹ ਪਿੰਡ ਦੀ ਜਿਹੜੀ ਦਿੱਖ ਹੈ ਇਹ ਹਲਕਾ ਦਾਖਾ ਦੇ ਹੋਰ ਪਿੰਡਾਂ ਨਾਲੋਂ ਬਹੁਤ ਬੈਕਵਰਡ ਹੈ ਜਿਕਰ ਆਪਾਂ ਐਨਆਰਆਈ ਵੀਰਾਂ ਦੀ ਗੱਲ ਕਰੀਏ ਤਾਂ ਹਲਕਾ ਦਾਖਾ ਦੇ ਵਿੱਚ ਐਨਆਰਆਈਆਂ ਨੇ ਆਪਣੇ ਪਿੰਡ ਜਿਸ ਦਾ ਪਿੰਡ ਹਸਨਪੁਰ ਪਿੰਡ ਜਾਂਗਪੁਰ ਪਿੰਡ ਖੰਜਰਵਾਲ ਪਿੰਡ ਮਾਜਰੀ ਔਰ ਨੋ ਡਾਊਟ ਆਪਣਾ ਖਾਲਸਾ ਸਰਪੰਚ ਨੇ ਹਰਬੰਸ ਸਿੰਘ ਜੀ ਪਿੰਡ ਆਈ ਥਿੰਕ ਤਲਵੰਡੀ ਕਲਾਂ ਨਿਖਰੇ ਪਏ ਨੇ ਉਹ ਪਿੰਡ ਦਿਖਦੇ ਨੇ ਵੀ ਉੱਥੇ ਐਨਆਰਆਈ ਵੀਰ ਬੈਠੇ ਨੇ ਤੇ ਕੀ ਕਾਰਨ ਹੈ ਕਿ ਆਪਣੇ ਪਿੰਡ ਦੇ ਐਨਆਰਆਈ ਵੀਰ ਆਪਣੇ ਪਿੰਡ ਵੱਲ ਥੋੜਾ ਘਟ ਤੇ ਆਉਂਦੇ ਰਹੇ ਨੇ ਨਹੀਂ ਮੇਰੇ ਤਾਂ ਸਾਡੇ ਇੱਥੇ ਬਣਾਈ ਸੀ ਐਨ ਜੀਓ ਐਨ ਆਰ ਆਈਆਂ ਨੇ ਜੀ ਤੇ ਉਦੋਂ ਉਹਨਾਂ ਨੇ ਸਾਡੇ ਗਏ ਤੁਰੇਆਂ ਜਾਂ ਇੱਟਾਂ ਲਾਈਆਂ ਹਾਂ ਜੀ ਤੇ ਲਾਈਆਂ ਜਦੋਂ ਆ ਕੇ ਸਰਪੰਚ ਜੀ ਦੁਆਰਾ ਕੰਮ ਸ਼ੁਰੂ ਕਰਤਾ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਨਾਲ ਮਿਲ ਕੇ ਚੱਲੋ ਜੀ ਇਹ ਤੁਸੀਂ ਲਾਉਣਾ ਪਿੰਡ ਦੇ ਪੈਸੇ ਲਾਉਣਾ ਲਾ ਦਿਓ ਜਿੰਨੀ ਤੇਰੀ ਮਰਜ਼ੀ ਲਾ ਦਿਓ ਸਾਨੂੰ ਕੋਈ ਨਹੀਂ ਹੈਗਾ ਜੀ ਠੀਕ ਹੈ ਨਾ ਗੱਲ ਵੀ ਇਹ ਇੱਟ ਨਹੀਂ ਲਾਉਣੀਆਂ ਸੀ ਤਾਂ ਇੰਟਰਲੌਕ ਲਾਉਣੀਆਂ ਆ ਜੀ ਫਿਰ ਉਹ ਕਹਿੰਦੇ ਵੀ ਨਹੀਂ ਸਾਡੀ ਤੁਹਾਡੇ ਨਾਲ ਬਣਦੀ ਨਹੀਂ ਹੈਗੀ ਫਿਰ ਫਿਰ ਸਾਡੇ ਆ ਪਿੰਡ ਦੇ ਵਿੱਚ ਦੀ ਥੋੜੀ ਦੇਖਿਆਊਗਾ ਕੱਸੀ ਜਾਂਦੀ ਆ ਜੀ ਕਿ ਨਹੀਂ ਇੱਕ ਅਸੀਂ ਪੱਕੀ ਕਰ ਦਾਂਗੇ ਜੀ ਪਰ ਪੈਸਾ ਉਹਨਾਂ ਕੋਲੇ ਪਿਆਵਾ ਲਾਉਂਦੇ ਨਹੀਂ ਹੈਗੇ ਕੋਈ ਨਹੀਂ ਲਗਾ ਰਹੀ ਜਿਹੜੇ ਐਨਜੀਓ ਵਾਲੇ ਨੇ ਐਨਜੀਓ ਵਾਲੇ ਹਾਂ ਜੀ ਉਹ ਐਨਜੀਓ ਨੂੰ ਜਿਹੜੇ ਪੈਸਾ ਭੇਜ ਰਿਆ ਐਨਆਰਆਈ ਵੀਰ ਭੇਜ ਰਹੇ ਨੇ ਐਨਆਰਆਈਆਂ ਤਾਂ ਭੇਜਿਆ ਜਾਂਦੀ ਤੇ ਜਿਹੜੀ ਉਹ ਐਨਜੀਓ ਦੇ ਮੈਂਬਰ ਨੇ ਉਹ ਮੈਂਬਰ ਐਨਆਰਆਈ ਨੇ ਜਿਹੜੇ ਤੁਹਾਡੇ ਪਿੰਡ ਦੇ ਵਸਨੀਕ ਪਿੰਡ ਦੇ ਹੀ ਆ ਜੀ ਬਾ ਕਿਹਾ ਉਹਨਾਂ ਨੂੰ ਹੁਣ ਵੀ ਕਿਹਾ ਹੈ ਕਿ ਹੁਣ ਵੀ ਲਾ ਲੋ ਆਜੋ ਜੀ ਵੀ ਜਿੱਥੇ ਤੁਸੀਂ ਕਹੋਗੇ ਸਾਡੇ ਤਾਂ ਉਹਨੂੰ ਬਤਾਵਾਗੇ ਮਰਦੇ ਜਾਣਦੇ ਆ ਵੀ ਜਿੱਥੇ ਥੋੜਾ ਕੀ ਕਰ ਲੋ ਪਰ ਨਹੀਂ ਜੀ ਉਹ ਲਾਉਂਦੇ ਨਹੀਂ ਹੈਗੇ ਤੁਹਾਡੀ ਕਹਿਣ ਤੋਂ ਭਾਵ ਇਹ ਹੈ ਕਿ ਐਨ ਆਰ ਆਈ ਵੀਰਾਂ ਦੀ ਤੁਹਾਡੀ ਪੰਚਾਇਤ ਨੂੰ ਸਪੋਰਟ ਨਹੀਂ ਹੈ ਨਹੀਂ ਜੀ ਨਹੀਂ ਕੋਈ ਨਹੀਂ ਹੈਗੇ ਜੀ ਸਿਟੀ ਲਾਈਫ ਚੈਨਲ ਦੇ ਜ਼ਰੀਏ ਪਿੰਡ ਰੂਮੀ ਦੇ ਐਨ ਆਰ ਆਈ ਵੀਰਾਂ ਨੂੰ 189 ਵੀ ਦੇਣਾ ਚਾਹਾਂਗੇ ਜਦੋਂ ਤੁਸੀਂ 에어ਪੋਰਟ ਤੋਂ ਹੁਣ ਉਤਰੋ ਔਰ ਆਪਣੇ ਪਿੰਡ ਵੱਲ ਨੂੰ ਰੁੱਖ ਕਰੋ ਤਾਂ ਉਸ ਤੋਂ ਪਹਿਲਾਂ ਹਲਕਾ ਦਾਖਾ ਦੇ ਪਿੰਡ ਤਲਵੰਡੀ ਕੱਲਾ ਪਿੰਡ ਹਸਨਪੁਰ ਤੇ ਹੋਰ ਕਈ ਪਿੰਡ ਜਿਵੇਂ ਗਹੌਰ ਇਹਨਾਂ ਪਿੰਡਾਂ ਵਿੱਚ ਜਾ ਕੇ ਆਓ ਪਿੰਡ ਦੇਤਵਾਲ ਇਹਨਾਂ ਪਿੰਡਾਂ ਵਿੱਚ ਜਾ ਕੇ ਆਓ ਤੇ ਦੇਖੋ ਕਿ ਉਹਨਾਂ ਪਿੰਡਾਂ ਦੇ ਐਨ ਆਰ ਆਈ ਵੀਰਾਂ ਨੇ ਆਪਣੇ ਪਿੰਡਾਂ ਦੀ ਨੁਹਾਰ ਕਿਸ ਤਰ੍ਹਾਂ ਬਦਲੀ ਪਈ ਹੈ ਔਰ ਫਿਰ ਇੱਕ ਵਾਰੀ ਨਜ਼ਰ ਮਾਰਿਓ ਆਪਣੇ ਪਿੰਡ ਰੂਮੀ ਦੇ ਵਿੱਚ ਔਰ ਸਾਨੂੰ ਉਮੀਦ ਹੈ ਕਿ ਇਹਨਾਂ ਪਿੰਡਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਜਦੋਂ ਆਪਣੇ ਪਿੰਡ ਰੂਮੀ ਦੇ ਵਿੱਚ ਆਓਗੇ ਤਾਂ ਦੁਬਾਰਾ ਵਾਪਿਸ ਜਾਣ ਤੋਂ ਪਹਿਲਾਂ ਹੀ ਆਪਣੇ ਪਿੰਡ ਦੀ ਜਿਹੜੀ ਨੋਹਾਰ ਹੈ ਹੋਰਾਂ ਪਿੰਡਾਂ ਵਾਂਗਰ ਕਰ ਦਿਓਗੇ ਔਰ ਉਮੀਦ ਕਰਦੇ ਹਾਂ ਕਿ ਸਿਟੀ ਲਾਈਬ੍ਰੀ ਟੀਮ ਜਦੋਂ ਅਗਲੀ ਵਾਰੀ ਵਿਕਾਸ ਕਮ ਲਈ ਸਰਪੰਚ ਕੁਲਦੀਪ ਸਿੰਘ ਜੀ ਦੇ ਕੋਲ ਪਹੁੰਚੇਗੀ ਤਾਂ ਤੁਹਾਡਾ ਪਿੰਡ ਰੂਮੀ ਵੀ ਐਨ ਆਰ ਆਈ ਵੀਰਾਂ ਨੇ ਲਿਸ਼ਕਾਇਆ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਦਾਖਾ ਦੇ ਪਿੰਡ ਰੂਮੀ ਦੇ ਸਰਪੰਚ ਸਰਦਾਰ ਕੁਲਦੀਪ ਸਿੰਘ ਜੀ ਦੇ ਔਰ ਪਿੰਡ ਰੂਮੀ ਦੇ ਐਨ ਆਰ ਆਈ ਵੀਰ ਆਪਣੇ ਪਿੰਡ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੰਭਾਲਦੇ ਨੇ ਜਾਂ ਨਹੀਂ ਇਹ ਜਾਣਕਾਰੀ ਲੈਣ ਦੇ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ